ਜੀ ਟੀਵੀ ਦੇਖਣ ਵਾਲਿਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ। ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ ਮਾਈ ਚੈਨਲ, ਫੋਰ ਸਬਸਕ੍ਰਾਈਬਿੰਗ ਮਾਈ ਚੈਨਲ। ਮੈਂ ਤੁਹਾਡਾ ਸਾਰਿਆਂ ਦਾ ਜੀ ਆਇਆ ਕਰਦੀ ਹਾਂ। ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ ਮਾਈ ਚੈਨਲ ਐਂਡ ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ ਮਾਈ ਵੀਡੀਓਜ਼। ਅੱਜ ਜੋ ਗੱਲ ਮੈਂ ਤੁਹਾਡੇ ਨਾਲ ਕਰਨ ਲੱਗੀ ਹਾਂ ਉਹ ਗੱਲ ਇੱਦਾਂ ਦੀ ਹੈ ਕਿ ਮੈਂ ਪਰਸਨਲੀ ਇਹ ਚੀਜ਼ ਫੀਲ ਕੀਤੀ ਹੈ ਕਿ ਜਿਹੜੇ ਵੈਸਟਰਨ ਕੰਟਰੀਜ਼ ਨੇ, ਚਾਹੇ ਉਹ ਕੈਨੇਡਾ ਹੈ, ਚਾਹੇ ਅਮਰੀਕਾ ਹੈ, ਚਾਹੇ ਯੂਰਪ ਹੈ, ਜਾਂ ਆਸਟ੍ਰੇਲੀਆ ਹੈ, ਨਿਊਜ਼ੀਲੈਂਡ, ਚਾਹੇ ਕੋਈ ਵੀ ਵੈਸਟਰਨ ਕੰਟਰੀ ਹੈ ਜਾਂ ਇੰਗਲਿਸ਼ ਕੰਟਰੀ ਹੈ ਜਾਂ ਇੰਡੀਆ ਤੋਂ ਬਾਹਰ, ਜਦੋਂ ਵੀ ਸਾਡੇ ਮਾਂ ਬਾਪ ਆਉਂਦੇ ਨੇ, ਬਹੁਤ ਸਾਰੇ ਵੀਡੀਓ ਦੇਖੇ ਹੈ ਕਿ ਮਾਂ ਬਾਪ ਬਾਹਰ ਜਾਂਦੇ ਨੇ ਐਂਡ ਉਹਦੇ ਬਾਅਦ 'ਚ ਬਹੁਤ ਸਾਰੇ ਕੰਪਲੇਂਟਾਂ ਦੇ ਸਿਲਸਿਲੇ ਸ਼ੁਰੂ ਹੁੰਦੇ ਨੇ ਕਿ ਸਾਡੇ ਪੇਰੈਂਟਸ ਨੂੰ ਬਾਹਰ ਦੀ ਦੁਨੀਆ ਕਿਉਂ ਨਹੀਂ ਅੱਛੀ ਲੱਗਦੀ, ਕਿਉਂ ਉਹਨਾਂ ਨੂੰ ਇੰਨੇ ਜ਼ਿਆਦਾ ਕੰਪਲੇਂਟਸ ਨੇ, ਕਿਉਂ ਉਹਨਾਂ ਦਾ ਬਿਹੇਵੀਅਰ ਉਹਨਾਂ ਦੇ ਆਪਣੇ ਹੀ ਬੱਚਿਆਂ ਨਾਲ ਨਹੀਂ ਮਿਲਦਾ, ਜਦੋਂ ਉਹ ਕਿ ਉਹਨਾਂ ਨੇ ਹੀ ਪਰਵਰਿਸ਼ ਕਰਕੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਬਾਹਰ ਭੇਜੇ ਨੇ। ਸਭ ਤੋਂ ਵੱਡੀ ਚੀਜ਼ ਮੈਨੂੰ ਇਹ ਸਾਹਮਣੇ ਆਈ ਹੈ ਕਿ ਜਦੋਂ ਆਪਾਂ ਬਾਹਰ ਸੈਟਲ ਹੋ ਜਾਂਦੇ ਹਾਂ, ਉਸ ਗੱਲ ਦਾ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਨਾਲ ਜੁੜ ਜਾਂਦਾ ਹੈ ਕਿ ਅਸੀਂ ਆਪਣੇ ਕੰਮਾਂ 'ਚ ਇੰਨੇ ਜ਼ਿਆਦਾ ਬਿਜ਼ੀ ਹੋ ਜਾਂਦੇ ਹਾਂ, ਬਹੁਤ ਹੀ ਜ਼ਿਆਦਾ ਮਿਹਨਤ ਕਰਕੇ, ਬਹੁਤ ਹੀ ਜ਼ਿਆਦਾ ਘੰਟੇ ਕੰਮ ਕਰਕੇ, ਚਾਹੇ ਕੋਈ ਵੀ ਕੰਮ ਹੈ, ਉਹ ਹਰ ਕੰਮ ਟਾਈਮ ਕੰਜ਼ਿਊਮਿੰਗ ਹੈ। ਟਾਈਮ ਬਿਲਕੁਲ ਵੀ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਕੁਛ ਵੀ ਕਰਨ ਲਈ, ਕਿਸੇ ਲਈ, ਬਸ ਆਪਣੇ ਆਪ 'ਚ ਹੀ ਬੰਦਾ ਇੰਨਾ ਬਿਜ਼ੀ ਹੋ ਜਾਂਦਾ ਹੈ ਕਿ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਰਹਿੰਦਾ ਕਿ ਸਾਡੇ ਕੀ ਸਿਸਟਮ ਸੀਗੇ, ਕੀ ਅਸੀਂ ਕਰਦੇ ਸੀਗੇ, ਕੀ ਸਾਡੇ ਪੇਰੈਂਟਸ ਕਰਦੇ ਸੀ ਐਂਡ ਅਸੀਂ ਕਿੱਦਾਂ ਦਾ ਬਚਪਨ ਦੇਖਿਆ। ਕਿਉਂਕਿ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਅਸੀਂ ਆਪਣਾ ਸਾਰਾ ਕਲਚਰ, ਆਪਣਾ ਸਾਰਾ ਸਿਸਟਮ ਖੋਂਦੇ ਜਾ ਰਹੇ ਹਾਂ ਐਂਡ ਮਾਂ ਬਾਪ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾਉਂਦੇ ਕਿ ਉਹਨਾਂ ਦੇ ਬੱਚੇ ਇੰਨੇ ਬਦਲ ਗਏ ਨੇ। ਬਸ ਉਹਨਾਂ ਨੂੰ ਇਹੀ ਚੀਜ਼ ਲੱਗਦੀ ਹੈ ਕਿ ਇਹ ਬਾਹਰ ਆ ਕੇ ਬਦਲ ਗਏ ਨੇ ਐਂਡ ਉਹ ਆਪਣੇ ਕੰਮਾਂ 'ਚ ਇੰਨੇ ਬਿਜ਼ੀ ਹੁੰਦੇ ਨੇ ਤਾਂ ਬੱਚਿਆਂ ਦੇ ਕੋਲ ਆ ਕੇ ਵੀ ਉਹਨਾਂ ਨੂੰ ਉਹਨਾਂ ਦੇ ਉਹ ਬੱਚੇ ਨਹੀਂ ਮਿਲਦੇ ਜੋ ਉਹਨਾਂ ਨੇ ਭੇਜੇ ਹੁੰਦੇ ਨੇ। ਬਸ ਇਹ ਚੀਜ਼ ਉਹਨਾਂ ਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਐਂਡ ਬੱਚੇ ਇਹ ਸੋਚਦੇ ਨੇ ਕਿ ਮਾਂ ਬਾਪ ਸਾਡੇ ਕੋਲ ਆਏ ਨੇ ਤਾਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰਨ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਕੋਈ ਬੈਨੀਫਿਟ ਹੋ ਸਕੇ, ਜਿੱਦਾਂ ਬੱਚਿਆਂ ਦੀ ਦੇਖਭਾਲ ਐਂਡ ਘਰ ਦੀ ਦੇਖਭਾਲ ਐਂਡ ਸਾਫ਼ ਸਫਾਈ ਜਾਂ ਕੋਈ ਘਰ ਦਾ ਕੰਮ ਜਿਹਦੇ 'ਚ ਉਹਨਾਂ ਨੂੰ ਹੈਲਪ ਕਰਦੇ ਆ ਪੇਰੈਂਟਸ, ਉਹਨਾਂ ਨੂੰ ਹੈਲਪਿੰਗ ਹੈਂਡ ਦੀ ਲੋੜ ਹੁੰਦੀ ਹੈ, ਅਦਰਵਾਈਜ਼ ਉਹ ਪੇਰੈਂਟਸ ਬਰਡਨ ਵਾਂਗੂ ਸਮਝਣ ਲੱਗ ਜਾਂਦੇ ਆ। ਤਾਂ ਇਹ ਇੱਕ ਸਿਸਟਮ ਹੈ ਜੋ ਕਿ ਸਾਡੇ ਬਜ਼ੁਰਗਾਂ ਨੂੰ ਖਰਾਬ ਲੱਗਦਾ, ਕਿਉਂਕਿ ਜਿਹੜੇ ਸਾਡੇ ਬੱਚੇ ਹੈ ਜੋ ਪਿਛਲੇ 15 ਸਾਲਾਂ ਤੋਂ ਬਾਹਰ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਆਊਟ ਆਫ ਕਲਚਰ ਹਾਂ, ਜੋ ਅਸੀਂ ਹਾਂ ਅਸੀਂ ਉਹਨਾਂ ਦੇ ਕਲਚਰ ਦੇ ਨਹੀਂ ਹਾਂ। ਜੋ ਸਾਡਾ ਕਲਚਰ ਹੈ, ਜੋ ਸਾਡਾ ਸਿਸਟਮ ਹੈ, ਅਸੀਂ ਆਊਟ ਆਫ ਆਰਡਰ ਹਾਂ, ਉਹਨਾਂ ਦੇ ਅਸੀਂ ਕੰਮ ਦੇ ਨਹੀਂ ਹਾਂ। ਕਿ ਉਹੀ ਕਹਿੰਦੇ ਨੇ ਕਿ ਤੁਸੀਂ ਸਾਡੇ ਯੂ ਪੀਪਲ ਆਰ ਡਿਫਰੈਂਟ, ਸਾਡਾ ਸਿਸਟਮ, ਸਾਡੇ ਕਲਚਰ, ਸਾਡੀ ਸੋਚ ਅਲੱਗ ਕਲਚਰ ਹੈ, ਅਲੱਗ ਸਿਸਟਮ ਹੈ, ਸਾਡਾ ਸੋਚ ਸਾਡੇ ਹੀ ਬੱਚਿਆਂ ਨਾਲ ਮੈਚ ਨਹੀਂ ਕਰਦੀ। ਤਾਂ ਇੱਕ ਪ੍ਰੋਬਲਮ ਬਣਦੀ ਜਾ ਰਹੀ ਹੈ ਕਿ ਇਹ ਕਿੱਦਾਂ, ਜੋ ਗੈਪ ਆ ਰਿਹਾ ਕਿੱਦਾਂ ਘੱਟ ਹੋਏਗਾ। ਜਿਹੜੇ ਤਾਂ ਲੋਕ ਬਹੁਤ ਜ਼ਿਆਦਾ ਰਿਲੀਜੀਅਸ ਹੈ, ਉਹਨਾਂ ਦੇ ਬੱਚੇ ਵੀ ਰਿਲੀਜਨ 'ਚ ਹੀ ਹੈ, ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਇਹ ਪ੍ਰੋਬਲਮ ਨਾ ਹੋਏ, ਬਟ ਅਦਰਵਾਈਜ਼ ਇਹ ਪ੍ਰੋਬਲਮ ਸਾਰੀ ਜਗ੍ਹਾ ਹੁੰਦੀ ਜਾ ਰਹੀ ਹੈ। ਜੋ ਫਸਟ ਜਨਰੇਸ਼ਨ ਹੈ ਉਹਨਾਂ ਨੂੰ ਵੀ ਇਹ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ। ਮੈਨੂੰ ਖੁਦ ਵੀ ਬੜਾ ਅਜੀਬ ਜਿਹਾ ਲੱਗਿਆ ਇਹ ਚੀਜ਼ 'ਤੇ ਕਿ ਆਪਾਂ ਕਿਸ ਪਾਸੇ ਜਾ ਰਹੇ ਹਾਂ, ਕਿ ਸਾਨੂੰ ਬਾਹਰ ਰਹਿਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ, ਪਤਾ ਨਹੀਂ ਕਿਉਂ।
ਬਸ ਮੈਨੂੰ ਤਾਂ ਇੱਦਾਂ ਫੀਲ ਹੁੰਦਾ ਹੈ ਕਿ ਪ੍ਰਦੇਸ਼ ਨੂੰ ਪ੍ਰਦੇਸ਼ ਹੀ ਸਮਝ ਲੈਣਾ ਚਾਹੀਦਾ ਹੈ, ਇਹ ਮੇਰੀ ਪਰਸਨਲ ਫੀਲਿੰਗ ਹੈ। ਸਟਿਲ ਹਾਲੇ ਵੀ ਲੱਖਾਂ ਨਹੀਂ ਕਰੋੜਾਂ ਨੌਜਵਾਨ ਬਾਹਰ ਆਉਣ ਦੀ ਕੋਸ਼ਿਸ਼ 'ਚ ਨੇ, ਲੱਖਾਂ ਕਰੋੜਾਂ ਅਰਬਾਂ ਰੁਪਏ ਇੰਡੀਆ 'ਚੋਂ, ਪਾਕਿਸਤਾਨ 'ਚੋਂ, ਬਾਕੀ ਕੰਟਰੀਆਂ 'ਚੋਂ ਵੀ ਦਿੱਤੇ ਜਾ ਰਹੇ ਨੇ ਬਾਹਰ ਆਉਣ ਦੀ ਕੋਸ਼ਿਸ਼ ਦੇ ਵਿੱਚ। ਲੋਕ ਹਰੇਕ ਹੱਥਕੰਡਾ ਅਪਣਾ ਰਹੇ ਨੇ ਬਾਹਰ ਜਾਣ ਲਈ, ਇਮੀਗ੍ਰੇਸ਼ਨ ਕਲੀਅਰੈਂਸ ਲਈ, ਚਾਹੇ ਉਹ ਕੋਈ ਵੀ ਸਟੇਟਸ ਹੋਏ। ਬਟ ਸਟਿਲ ਮੇਰਾ ਸੈਟਿਸਫੈਕਸ਼ਨ ਨਹੀਂ ਹੋ ਰਿਹਾ, ਆਈ ਡੋਂਟ ਨੋ ਵਾਈ, ਬਟ ਫਿਰ ਵੀ ਪ੍ਰਦੇਸ਼ਾਂ 'ਚੋਂ ਹੀ ਕਾਮਯਾਬੀ ਲਈ ਹੈ, ਪ੍ਰਦੇਸ਼ਾਂ 'ਚੋਂ ਹੀ ਪੈਸੇ ਕਮਾਏ ਆ, ਤਾਂ ਪ੍ਰਦੇਸ਼ ਨੂੰ ਮਾੜਾ ਨਹੀਂ ਕਹਿ ਸਕਦੇ, ਕਿਉਂਕਿ ਅੱਜ ਜੋ ਵੀ ਆ ਪ੍ਰਦੇਸ਼ ਦੀ ਵਜ੍ਹਾ ਨਾਲ ਹੀ ਆ। ਬਟ ਇੱਕ ਖਿੱਚ ਹੈ ਆਪਣੇਪਨ ਦੀ, ਇੱਕ ਤਲਾਸ਼ ਹੈ ਕਿਤੇ ਨਾ ਕਿਤੇ ਕੁਛ ਨਾ ਕੁਛ ਸੁਣਨਾ ਹੈ ਜੋ ਇੱਥੇ ਨਹੀਂ ਮਿਲਦਾ। ਮੈਨੂੰ ਅੱਜ ਵੀ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਹੈ ਕਿ ਬਚਪਨ 'ਚ ਮੈਂ ਆਪਣੀ ਮਦਰ ਨਾਲ ਨਹੀਂ ਸੀ, ਮੇਰੇ ਫਾਦਰ ਬਹੁਤ ਸਟ੍ਰਿਕਟ ਸੀਗੇ, ਤਾਂ ਮੈਨੂੰ ਬਹੁਤ ਜ਼ਿਆਦਾ ਉਹ ਚੀਜ਼ ਉਹ ਬਚਪਨ ਮਿਸ ਹੁੰਦਾ ਹੈ ਕਿ ਜਿਸ ਟਾਈਮ ਮੇਰੀ ਮਾਂ ਮੇਰੇ ਨਾਲ ਨਹੀਂ ਸੀਗੀ। ਮੈਨੂੰ ਉਹਦੀ ਛੋਟੀ ਤੋਂ ਛੋਟੀ ਚੀਜ਼ ਨਾਲ ਵੀ ਬਹੁਤ ਫਰਕ ਪੈਂਦਾ, ਬਟ ਕੰਪੈਰੀਜ਼ਨ ਅਗਰ ਆਪਣੇ ਬੱਚਿਆਂ ਨਾਲ ਕਰਦੇ ਹਾਂ ਤਾਂ ਉਹ ਚੀਜ਼ ਜੋ ਸਾਡੇ ਵਿੱਚ ਹੈ ਉਹ ਸਾਡੇ ਤੱਕ ਹੀ ਸੀਮਿਤ ਹੋ ਗਈ ਹੈ। ਅੱਜ ਜੋ ਵੀ ਲੋਕ ਬਾਹਰ ਨੇ ਉਹ ਕਹਿੰਦੇ ਨੇ ਕਿ ਨਵੇਂ ਆਉਣ ਵਾਲੇ ਬੱਚੇ ਇੱਦਾਂ ਦੇ ਨੇ ਉੱਦਾਂ ਦੇ ਨੇ, ਉਹਨਾਂ ਨੂੰ ਉਹਨਾਂ ਦਾ ਸਿਸਟਮ ਸਹੀ ਨਹੀਂ ਲੱਗਦਾ, ਕਿਉਂਕਿ ਇੱਕ ਆਪਾਂ ਇੱਕ ਸਿਸਟਮ ਦੇ ਵਿੱਚ ਫਸ ਕੇ ਬੈਠ ਗਏ ਹਾਂ ਤਾਂ ਨਵੇਂ ਲੋਕਾਂ ਨੂੰ ਆਪਾਂ ਐਕਸੈਪਟ ਨਹੀਂ ਕਰ ਸਕਦੇ। ਬਾਕੀ ਜਿਹੜੀ ਦੂਸਰੀ ਚੀਜ਼ ਹੋਰ ਵੀ ਹੈ ਇੱਕ ਕਿ ਬਾਹਰ ਦੀ ਜ਼ਿੰਦਗੀ ਮਸ਼ੀਨੀ ਜ਼ਿੰਦਗੀ ਹੈ, ਇਹਦੇ 'ਚ ਬਿਲਕੁਲ ਟਾਈਮ ਨਹੀਂ ਹੈ ਕਿਸੇ ਲਈ ਵੀ। ਹਰ ਬੰਦਾ ਆਪਣੀ ਹੀ ਲਾਈਫ 'ਚ ਬਿਜ਼ੀ ਹੈ, ਕਿਸੇ ਕੋਲ ਵੀ ਜ਼ਿਆਦਾ ਟਾਈਮ ਨਹੀਂ ਹੈਗਾ, ਕੋਈ ਵੀ ਐਕਸੈਸ ਟਾਈਮ ਨਹੀਂ ਕੱਢ ਪਾ ਰਿਹਾ ਆਪਣਿਆਂ ਲਈ, ਖੁਸ਼ੀਆਂ ਲਈ। ਬਸ ਇੱਕ ਮਸ਼ੀਨ ਲਾਈਫ ਹੈ, ਬਹੁਤ ਹੀ ਲਿਮਿਟਿਡ ਟਾਈਮ ਹੈ। ਪਤਾ ਨਹੀਂ, ਆਈ ਡੋਂਟ ਨੋ ਵਾਟ ਟੂ ਸੇ ਹੇਅਰ, ਬਟ ਸਟਿਲ ਆਈ ਮਿਸ ਸਮਥਿੰਗ ਐਂਡ ਤਾਂ ਹੀ ਮੇਰਾ ਡਿਸੀਜ਼ਨ ਹੈ ਕਿ ਮੈਂ ਇੰਡੀਆ 'ਚ ਹੀ ਸੈਟਲ ਹੋਣਾ ਚਾਹੁੰਦੀ ਹਾਂ, ਕਿਉਂਕਿ ਸ਼ਾਂਤੀ ਆਪਣਾਪਨ ਬਾਹਰ ਨਹੀਂ ਹੈ। ਸਭ ਤੋਂ ਵੱਡਾ ਰੀਜ਼ਨ ਹੈ ਕਿ ਬਾਹਰ ਬੈਠ ਕੇ ਅਸੀਂ ਨਿਊਜ਼ ਪੇਪਰ ਇੰਡੀਆ ਦੇ ਪੜ੍ਹਦੇ ਹਾਂ, ਨਿਊਜ਼ ਇੰਡੀਆ ਦੀ ਦੇਖਦੇ ਹਾਂ, ਇੰਟਰਫੇਰੈਂਸ ਇੰਡੀਅਨ ਅਫੇਅਰਸ 'ਚ ਕਰਦੇ ਹਾਂ, ਇੰਡੀਆ 'ਚ ਕੀ ਹੋ ਰਿਹਾ, ਪੰਜਾਬ 'ਚ ਕੀ ਹੋ ਰਿਹਾ, ਅਸੀਂ ਸਭ ਤੋਂ ਜ਼ਿਆਦਾ ਪਾਰਟੀਸਪੇਟ ਕਰਦੇ ਹਾਂ ਐਂਡ ਵਰੀ ਵੀ ਕਰਦੇ ਹਾਂ, ਐਂਡ ਅਸੀਂ ਉੱਥੇ ਰਹਿਣਾ ਵੀ ਨਹੀਂ ਚਾਹੁੰਦੇ। ਤਾਂ ਇਹ ਚੀਜ਼ ਜਿਹੜੀ ਹੈ ਬਹੁਤ ਮੈਨੂੰ ਚੁੱਭਦੀ ਹੈ ਕਿਤੇ ਨਾ ਕਿਤੇ, ਤਾਂ ਮੈਂ ਇਸ ਚੀਜ਼ ਦਾ ਸੋਲਿਊਸ਼ਨ ਵੀ ਆਪਣੀ ਲਾਈਫ 'ਚ ਲੱਭਾਂਗੀ। ਬਟ ਆਈ ਡੋਂਟ ਨੋ, ਇੱਕ ਜਨਰੇਸ਼ਨ ਗੈਪ ਹੈ, ਇੱਕ ਕਲਚਰ ਗੈਪ ਜੋ ਸਾਡੀ ਜਨਰੇਸ਼ਨ ਔਰ ਸਾਡੇ ਬੱਚਿਆਂ ਦੇ ਵਿੱਚ ਬਣਦਾ ਜਾ ਰਿਹਾ, ਜੋ ਕਿ ਸਾਡਾ ਔਰ ਸਾਡੇ ਪੇਰੈਂਟਸ ਨਹੀਂ ਸੀ। ਸਾਡੇ ਲਈ ਸਾਡੇ ਪੇਰੈਂਟਸ ਅੱਜ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਆ, ਉਹਨਾਂ ਦੀ ਖੁਸ਼ੀਆਂ, ਉਹਨਾਂ ਦੇ ਗਮ, ਉਹਨਾਂ ਦੇ ਦੁੱਖ, ਉਹਨਾਂ ਦੀਆਂ ਤਕਲੀਫਾਂ ਆਪਣੀਆਂ ਲੱਗਦੀਆਂ, ਬਟ ਸਾਡੇ ਬੱਚਿਆਂ ਨੂੰ ਉਸ ਚੀਜ਼ ਦੀ ਫੀਲਿੰਗ ਨਹੀਂ। ਸਿੰਪਲੀ ਉਹੀ ਇਹੀ ਗੱਲ ਕਹਿੰਦੇ ਆ ਕਿ ਯੂ ਆਰ ਫਰੋਮ ਡਿਫਰੈਂਟ ਕਲਚਰ ਐਂਡ ਵੀ ਆਰ ਫਰੋਮ ਡਿਫਰੈਂਟ ਕਲਚਰ। ਕਲਚਰ ਦੀ ਡਿਫਰੈਂਸ ਹੁਣ ਹੋ ਚੁੱਕੀ ਹੈ, ਤਾਂ ਮੈਂ ਇਹ ਚੀਜ਼ ਚੂਜ਼ ਕਰਦੀ ਹਾਂ ਕਿ ਮੈਂ ਆਪਣੇ ਕਲਚਰ ਨੂੰ, ਮੈਂ ਆਪਣੇ ਸਿਸਟਮ ਨੂੰ ਨਹੀਂ ਭੁੱਲ ਸਕਦਾ, ਜੋ ਕੁਛ ਲੈ ਲਿਆ ਪ੍ਰਦੇਸ਼ਾਂ 'ਚੋਂ ਲੈ ਲਿਆ, ਬਟ ਆਪਣੀ ਬਾਕੀ ਜ਼ਿੰਦਗੀ ਮੈਂ ਇੰਡੀਆ 'ਚ ਰਹਿਣਾ ਚਾਹੁੰਦੀ ਹਾਂ, ਤਾਂ ਕਿ ਕੋਈ ਕੰਪਲੇਂਟ ਨਾ ਹੋਏ, ਤਾਂ ਕਿ ਕੋਈ ਦੁੱਖ ਤਕਲੀਫ ਹੋਏ ਤਾਂ ਸਾਰੇ ਇਕੱਠੇ ਹੋਣ ਜਿੱਦਾਂ ਅਸੀਂ ਪਹਿਲੇ ਹੁੰਦੇ ਸੀ, ਉਸੇ ਦੀ ਤਲਾਸ਼ 'ਚ ਹਾਂ। ਤਾਂ ਇਸੇ ਕਰਕੇ ਕੰਪਲੇਂਟ ਮੈਨੂੰ ਕੋਈ ਕੰਪਲੇਂਟ ਨਹੀਂ ਹੈ, ਮੈਨੂੰ
ਵੈਸਟਰਨ ਕਲਚਰ ਤੋਂ ਕੋਈ ਕੰਪਲੇਂਟ ਨਹੀਂ ਹੈ ਮੈਨੂੰ, ਆਪਣੇ ਪੇਰੈਂਟਸ ਤੋਂ, ਆਪਣੇ ਬੱਚਿਆਂ ਤੋਂ ਕੋਈ ਕੰਪਲੇਂਟ ਨਹੀਂ, ਬਸ ਇੱਕ ਆਪਣਾ ਅਸੂਲ ਹੈ ਕਿ ਆਪਾਂ ਚੇਂਜ ਨਹੀਂ ਕਰ ਸਕਦੇ ਆਪਣੇ ਆਪ ਨੂੰ, ਫੈਮਲੀ ਵੀ ਨਹੀਂ ਛੱਡ ਸਕਦੇ ਔਰ ਕਲਚਰ ਵੀ ਨਹੀਂ ਛੱਡ ਸਕਦੇ, ਬਸ ਜਿੱਥੇ ਖੁਸ਼ੀ ਮਿਲੇ ਉੱਥੇ ਹੀ ਬੰਦੇ ਨੂੰ ਰਹਿਣਾ ਚਾਹੀਦਾ। ਪਤਾ ਨਹੀਂ ਇਹ ਕਨਫਿਊਜ਼ਨ ਜਿਹੀ ਲੱਗੇ ਕਈ ਲੋਕਾਂ ਨੂੰ, ਮੇਰੀ ਗੱਲ ਵੀ ਸਮਝ ਨਹੀਂ ਆਉਣਾ, ਬਟ ਸਟਿਲ ਮੈਂ ਇਹੀ ਗੱਲ ਸੋਚ ਰਹੀ ਸੀਗੀ ਕਿ ਕਿਉਂ ਸਾਨੂੰ ਨਵੇਂ ਬੰਦੇ ਚੰਗੇ ਨਹੀਂ ਲੱਗਦੇ, ਤਾਂ ਉਹੀ ਇੱਕ ਚੀਜ਼ ਮੇਰੇ ਦਿਮਾਗ 'ਚ ਆਈ, ਤਾਂ ਮੈਂ ਇਹ ਚੀਜ਼ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾ ਰਹੀ ਹਾਂ। ਇਹ ਮੇਰੀ ਫੀਲਿੰਗ ਹੈ, ਪਰਸਨਲ ਫੀਲਿੰਗ। ਥੈਂਕ ਯੂ ਸੋ ਵੈਰੀ ਮੱਚ ਫੋਰ ਵਾਚਿੰਗ ਮਾਈ ਚੈਨਲ। ਹੈਵ ਅ ਗੁੱਡ ਡੇ।